ਜਿਸੇ ਕੰਬੇ ਨਾਲ ਜੀਬੀ ਬਾਈ ਇੱਕ ਨਾ ਉਹ ਹੈ ਇੱਥੇ ਡੇਰਾ ਕਲਿੰਜਰ ਜਿਹੜਾ ਭੁੱਲਰ ਭਾਈਚਾਰੇ ਦਾ ਭੁੱਲਰ ਭਾਈਚਾਰੇ ਦਾ ਸਭ ਇੱਥੇ ਡੇਰਾ ਇੱਕ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਐਤੀ ਗੜੇ ਆਪਾਂ ਮੈਂ ਤਾਂ 8 ਤਰੀਕ ਤੱਕ ਰਹੂੰਗੀ ਜਾਂਦਾ ਸੀਗਾ ਸੁਮਾ ਪਹਿਲਵਾਨ ਬਣ ਕੇ ਕਿਵੇਂ ਚੱਕ ਕੇ ਲਿਆਉਣਾ ਪੈਂਦਾ ਕੀ ਲੈਣ ਗਿਆ ਸੀ ਬਾਹਰ ਸੀਸਾ ਚੜਾਵਾ ਹਾਂਜੀ ਮੇਰੇ ਸੀਟ ਬੈਲਟ ਹੈਗੀ ਤੇਰੇ ਸੀਟ ਬੈਲਟ ਹੀ ਹੈ ਇਤਲੂ ਇਸ ਸੀਟ ਬੈਲਟ ਹੀ ਹੈ ਮਾਂ ਨਹੀਂ ਨਾ ਸਮ ਮੈਂ ਡਾਟ ਪੱਟ ਜੂ ਡਾਟ ਕਿਸੇ ਕੰਬੇ ਨਾਲ ਜੀਬੀ ਬਾਈ ਇੱਕ ਨਾ मशीन तुते बैठे फिर फिर करके चलाई मिनट लगता निके ट्रक पाऊगा पक्की है मैं तो सुकी ठीक कर मंदिर ना गोल गप्पे ना लोट आए मेन तो गोल गप्पे इन्ने ठीक जे लगते है पर कर मंदिर को ਅਸੀਂ ਨਾ ਕਦੇ ਬੱਸ ਦੀ ਟਰੈਵਲਿੰਗ ਨਹੀਂ ਕੀਤੀ ਨਾ ਵੀ ਮਤਲਬ ਛੋਟੇ ਹੁੰਦੇ ਇੱਕ ਦੋ ਵਾਰੀ ਬੱਸ ਤੇ ਚੜੇ ਆ ਐਤੀ ਕਿਹੜੇ ਜੇ ਨਾਨਕੇ ਆਏ ਨਾ ਛੁੱਟੀਆਂ ਛਾਟੀਆਂ ਚ ਜੂਨ ਦੀਆਂ ਉਦੋਂ ਬੱਸ ਤੇ ਹੀ ਆਵਾਂਗੇ ਨਾਲੇ ਅੱਛਾ 8-10 ਦਿਨ ਲਾ ਕੇ ਜਾਵਾਂਗੇ ਬੱਸ ਵਾਲੇ ਨੂੰ ਕਿਹੜਾ ਮੈਂ ਰਾਹ ਦੱਸਣਾ ਬੱਸ ਵਾਲੇ ਨੇ ਆਵੇ ਜੀ ਉੱਤਰ ਗਈ ਕਿਤੇ ਫਿਰ ਚੜਾਂਗੇ ਕਿਵੇਂ ਮੈਂ ਵੀ ਉੱਤਰ ਜੂੰਗੀ ਬੱਸ ਸਿੱਧੀ ਬੱਸ ਆਉਂਦੀ ਹੈ भगवंत मान जो आ गया मक्कड़ पैलेस दाने वाला चौंगे मलोट वाला पीछे रह गया लख लख वधाइयां ਮੰਮਾ ਤੇ ਕਰਮਨ ਮੈਨੂੰ ਤੇ ਪਾਪਾ ਨੂੰ ਨਾ ਘਰੇ ਛੱਡ ਕੇ ਆਉਂਦੇ ਸੀ ਕਹਿੰਦੇ ਵੀ ਤੁਸੀਂ ਘਰੇ ਰਹੋ ਅਸੀਂ 4-5 ਦਿਨ ਲਾ ਆਉਣੇ ਆ ਸਾਡਾ ਕਿੱਥੇ ਜੀ ਲੱਗਦਾ ਸੀ ਘਰੇ ਅਸੀਂ ਆ ਕੇ ਅਸਤ ਆ ਜਾਵਾਂਗੇ ਸਾਡੇ ਫਿਰ ਸਾਡੇ ਨਾਲ ਜੀ ਦੇਖੇ ਰੌਣਕਾਂ ਲੱਗਦੀਆਂ ਉੱਥੇ ਮੇਲਾ ਹੀ ਸਾਡੇ ਨਾਲ ਕਿਉਂ ਪਾਪਾ ਚੱਲਾਂਗੇ ਅਸੀਂ ਇਹੀ ਹੈਗੀ ਪਾਉ ਭਾਜੀ ਤੇ ਕਰਮਨ ਰੁਕੀ ਖਾ ਮੂੰਹ ਕੋਲ ਕੋਲ ਮੂੰਹ ਰੁਕੀ ਖਾ ਗਈ ਕਿਉਂਕਿ ਪਤਾ ਨਹੀਂ ਨਾ ਕਦੇ ਖਾਧੀ ਨਹੀਂ ਪਾਉ ਭਾਜੀ ਕੀ ਜਿੰਦੀ ਹੈ ਪਾਉ ਪਾਉ ਖਾ ਗਈ ਭਾਜੀ ਅੰਦਰ ਹੀ ਪਈ ਹੈ ਕਰਮਨ ਚੁੰਡੀਆਂ ਵੜ ਵੜ ਕੇ ਪਾਉ ਪਾਉ ਖਾਈ ਜਾਂਦੀ ਹੈ ਭਾਜੀ ਵਿੱਚ ਹੀ ਪਈ ਹੈ ਇਹਦੀ ਆਦਤ ਨਹੀਂ ਆਉਂਦੀ ਹੈ ਜਦੋਂ ਨਿੱਕੀ ਹੁੰਦੀ ਸੀ ਨਾ ਅੰਬ ਦੇ ਉਤਲਾ ਚੂਸ ਲੈਂਦੀ ਸੀਗੀ ਵਿਚਾਰੇ ਦੇ ਅੰਦਰ ਕੁਛ ਵੀ ਨਹੀਂ ਰਹਿੰਦਾ ਸੀ ਲਵਜਿੰਦਰ ਵੀਰੇ ਦੇ ਸਹੁਰਿਆਂ ਦੀ
ਮੇਰਾ ਦੱਸੀ ਤੁਹਾਡੇ ਸਾਰੇ ਕਿਹੜੇ ਪਾਸੇ ਆਸ ਪਾਸੇ ਕਿ ਆਸ ਪਾਸੇ ਮੈਂ ਚੜ ਜਾਂਦੀ ਨਾਲ ਨਹੀਂ ਤਾਂ ਹਾਂਜੀ ਖੈਰਾ ਫੈਮਿਲੀ ਚ ਵੀ ਅੱਧ ਤੋਂ ਵੱਧ ਜਾਣੇ ਐਵੇਂ ਵਿਆਹੇ ਵੇ ਆ ਜਿਹੜੇ ਇਧਰਲੇ ਸਾਈਡ ਹੀ ਆਉਂਦੇ ਬਠਿੰਡੇ ਵਾਲੇ ਪਾਸੇ ਹੀ ਹਨਾ ਮੈਂ ਬਠਿੰਡਾ ਜ਼ਿਲ੍ਹਾ ਹੀ ਲੱਗਦਾ ਉਹਨਾਂ ਨੂੰ ਹੁਣ ਅਸੀਂ ਬੱਸ ਕਰਾ ਲਿਆ ਕਰਾਂਗੇ ਤੇ ਬਠਿੰਡੇ ਨੂੰ ਤੋਰੇ ਟਰੱਕ ਲਓ ਵੀ ਹੋ ਗਿਆ ਹੁਣ ਸਾਡੇ ਨਾਨਕਿਆਂ ਦਾ ਐਂਟਰੀ ਬਾਦਲ ਪਿੰਡ ਬਾਦਲ ਪਿੰਡ ਆ ਗਿਆ ਦੇਖੋ ਸਾਈਡ ਤੇ ਪਿੰਕ ਪਿੰਕ ਲੱਗਦੇ ਹੋਣਗੇ ਸੋਹਣੇ ਕਿੱਡੇ ਲੱਗਦੇ ਨਾ ਹਾਂਜੀ ਕਾਲਜ ਹੈ ਹੇ ਬਾਦਲ ਪਿੰਡ ਦੇ ਨਰਸਿੰਗ ਕਾਲਜ ਹੈ ਨਾ ਮੈਂ ਇਹ ਮਨਪ੍ਰੀਤ ਬਾਦਲ ਦਾ ਘਰ ਅਫਸੋਸ ਕਰਨ ਆਵਾਂਗੇ ਅਸੀਂ ਬਾਦਲ ਪਿੰਡ ਹੈ ਤਾਂ ਇੰਨਾ ਸੋਹਣਾ ਪਹਿਲਾਂ ਵੀ ਸੀਗਾ ਕਿਉਂਕਿ ਬਾਦਲ ਪਿੰਡ ਹੈ ਨਾ ਇਹ ਸਰਕਾਰੀ ਹਸਪਤਾਲ ਹੈ ਬਾਦਲ ਪਿੰਡ ਦਾ ਸਰਕਾਰੀ ਹਸਪਤਾਲ ਬਾਦਲ ਲਿਖਿਆ ਹੋਇਆ ਥੱਲੇ ਜਿਹਦਾ ਆਪਦਾ ਪਿੰਡ ਹੁੰਦਾ ਨਾ ਉਹ ਬੰਦਾ ਬੜਾ ਸਜਾ ਕੇ ਰੱਖਦਾ ਆਹ ਬਾਦਲ ਪਿੰਡ ਦੇਖ ਲੋ ਤੁਸੀਂ ਤੇ ਫਿਰ ਤੁਹਾਨੂੰ ਗਾਂ ਆਹ ਸਕੂਲ ਹੈ ਆਹ ਸਟੇਡੀਅਮ ਆ ਗਿਆ ਸਾਰੇ ਘਰ ਮੈਨੂੰ ਕਹਿੰਦੇ ਸੀ ਇੱਥੇ ਲਾਓ ਮੈਂ ਕਿਵੇਂ ਰਹਿ ਜਾਂਦੀ ਐਸੇ ਇਕੱਲੀ ਮੰਮਾ ਦਾ ਸਕੂਲ ਸੀ ਹਾਂਜੀ ਹਾਂਜੀ ਆਹ ਹੈ ਘਰ ਤੇ ਇੱਥੇ ਪਹਿਲਾਂ ਇੰਨੀ ਜ਼ਿਆਦਾ ਪੁਲਿਸ ਹੁੰਦੀ ਸੀ ਸ਼ਾਇਦ ਪਿਛਲੀਆਂ ਵੀਡੀਓ ਚ ਹੋਵੇ ਉਹ ਚੀਜ਼ ਨਹੀਂ ਸੀਗੀ ਆ ਵੀ ਬਾਲਟੀ ਭਰਨ ਲੱਗੇ ਬਾਦਲ ਵਾਹ ਤੇਰੇ ਆ ਬਾਦਲ ਬਸ ਡਿੱਕੀ ਜਾਂਦਾ ਇਹ ਤਾਂ ਆਮ ਲੋਕ ਜਹਾਜ਼ਾਂ ਚ ਰਹਿੰਦਾ ਅਗਲਾ ਹੁਣ ਸੁਖਬੀਰ ਬਾਦਲ ਗੱਡੀ ਚਲਾਉਂਦਾ ਮਾਰਦਾ ਤੇ ਬਾਦਲ ਵਿੱਚ ਬੈਠਾ ਉਹ ਗੱਪ ਸੁਣੀ ਜਾਂਦੇ ਰਹਿੰਦੇ ਬਾਦਲ ਨੂੰ ਤਾਰਦੇ ਸੀਗੇ ਜਹਾਜ਼ ਚੋਂ ਫਿਰ ਇੱਥੋਂ ਗੱਡੀਆਂ ਜਾਂਦੀਆਂ ਸੀ ਉਹ ਆਪਦੇ ਘਰ ਨੂੰ ਜਾਂਦਾ ਸੀ ਹਨਾ ਮੈਂ ਹੁਣ ਉਹ ਆਇਆ ਹੀ ਘਰਾਂ ਵਿੱਚ ਕਰੂਗਾ ਫਿਰ ਉਤਾਰਨ ਤੁਰਨ ਇੱਥੇ ਜਹਾਜ਼ ਲੈਂਡ ਕਰਦਾ ਸੀਗਾ ਉਹ ਉੱਥੇ ਵਾਈਟ ਜਿਹਾ ਬਣਿਆ ਹੋਇਆ ਜਿਸ ਤੇ ਉਹ ਹੁੰਦਾ ਨਾ ਐਚ ਜਿਹਾ ਇੱਥੇ ਡੇਰਾ ਕਲਿੰਜਰ ਜਿਹੜਾ ਭੁੱਲਰ ਭਾਈਚਾਰੇ ਦਾ ਭੁੱਲਰ ਭਾਈਚਾਰੇ ਦਾ ਇੱਥੇ ਡੇਰਾ ਇੱਕ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਐਤੀ ਕਿਹੜੇ ਆਪਾਂ 8 ਤਰੀਕ ਦਾ ਰਹੂੰਗੇ ਕੰਮ ਕਰ ਆਪਦਾ ਆਹ ਹੋਸਟਲ ਹੈ ਮਾਮਾ ਜੀ ਹੁਣ ਜਿਵੇਂ ਜਵਾਕ ਨੀ ਉਹ ਭੱਜਦੇ ਉਹਨੇ ਅੰਦਰ ਮੰਮਾ ਨੇ ਪਛਾਣ
ਆਹਾਂ ਮੰਮਾ ਦਾ ਸਕੂਲ ਦੂਜਾ ਸਕੂਲ ਇਹ ਸਟਾਰਟਿੰਗ ਚ ਜਿਹੜਾ ਉਹ ਹੁੰਦੇ ਆ ਛੋਟੇ ਕਲਾਸਿਸ ਇੱਥੇ ਹੋ ਸੀ ਨਾ ਮੰਮਾ ਦੀਆਂ ਵੱਡੀਆਂ ਕਲਾਸਿਸ ਉੱਥੇ ਸੀ ਬਾਦ ਉਹ ਮਾਮੇ ਨਾਲ ਆਉਣਾ ਆਉਣਾ ਹੈ ਕਿ ਮਾਮੇ ਨਾਲ ਪਿੱਛੇ ਪਿੱਛੇ ਮਾਮਾ ਘੈਂਟਾ ਲੁੱਕ ਅਸੀਂ ਅਵਤਾਰ ਭੁੱਲਰ ਕੇ ਜਾਣਾ ਉਹ ਚੜ ਗਈ ਨਾਲ ਛੱਪੜ ਦੇ ਵਿਚ ਦੇਖੋ ਕਿਵੇਂ ਬਣਾ ਰੱਖਿਆ ਹਨਾ ਇੱਥੇ ਪਸ਼ੂ ਨਵਾਉਣ ਹਜੇ ਤੱਕ ਵੀ ਆਉਂਦੇ ਸੀਗੇ ਲੋਕ ਬਾਦਲ ਕਾ ਜੱਦੀ ਘਰ ਚਾਚੇ ਤਾਏ ਮਾਮੇ ਮਾਸੜ ਉਹ ਕਿਤੇ ਹੋਰ ਹੈ ਇਹ ਜਾਂਦੀ ਆ ਜਿਸ ਗਲੀ ਚ ਆ ਕੇ ਇੰਨੀ ਜ਼ਿਆਦਾ ਸਾਨੂੰ ਸ਼ਾਂਤੀ ਮਿਲ ਜਾਂਦੀ ਸੀ ਆਹ ਘਰ ਦੇਖਦੇ ਸਾਰ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਆ ਗਏ ਨਾਨਕੀ ਹਨਾ ਮਾਂ ਨਿੱਕੇ ਹੁੰਦੇ ਤਾਂ ਇਸ ਘਰ ਤੋਂ ਹੀ ਰੱਖਦੇ ਸੀਗੇ ਆਹ ਗਲੀ ਵਾਹ ਆਓ ਸੀ ਨਾਨਕੇ ਆ ਸਾਰੇ ਨਾਨਕਿਆਂ ਦੇ ਘਰ ਆ ਇਹ ਸਾਰੇ ਭੁੱਲਰਾਂ ਦੇ ਘਰ ਸਾਰੇ ਇੱਥੇ ਇੱਥੇ ਨੇੜੇ ਨੇੜੇ ਕਮਲੀ ਪਹਿਲਾਂ ਪਹੁੰਚੀ ਗੜੀ ਰਵੀ ਕਹੂਗਾ ਟਲ ਵਿਚਾਰਾ ਚਵਾਰਾ ਕੁਛ ਨੀ ਕਰਦਾ ਸਤਿ ਸ੍ਰੀ ਅਕਾਲ ਬੁਲਾਉਂਦਾ ਚੱਪਲਾਂ ਖਾਂਦੇ ਨਾ ਪਹਿਲਾਂ ਨੀ ਖਾਂਦਾ ਸੀ ਨਾ ਭਾਈ ਦੇ ਨਾ ਖਾਂਦਾ ਇਹ ਨੱਕ ਤੇ ਚੜਾਈ ਲੈ ਕੇ ਭਾਜੂਗਾ ਲੈ ਕੇ ਭਾਜੂ ਖਾਧਾ ਨੀ ਉਹਨੂੰ ਨਹੀਂ ਚੱਟਦਾ ਕਸੀੜੋ ਨਾ ਜਾਂਦਾ ਸੀਗਾ ਸੁਮਾ ਪਹਿਲਵਾਨ ਬਣ ਕੇ ਕਿਵੇਂ ਚੱਕ ਕੇ ਲਿਆਉਣਾ ਪੈਂਦਾ ਕੀ ਲੈਣ ਗਿਆ ਸੀ ਬਾਹਰ ਹੁਣ ਚੂ ਚੂ ਕਰਦਾ ਚੱਕੋ ਬਈ ਕੋਲ ਰੱਖ ਲੈ ਤੇ ਜਿਹੜੇ ਆਹ ਨੀ ਹੁੰਦੇ ਫਰਿੱਜਾਂ ਵਾਲੇ ਕੋਲ ਹੁੰਦੇ ਆ ਜਦੋਂ ਆਪਣੇ ਉਹ ਭਾਈ ਕਹਿੰਦਾ ਵੀ ਜੇ ਤੁਸੀਂ ਵੀ ਇਹ ਅਸਲ ਕਹਿੰਦਾ ਜਾ ਬਣੇ ਇਹ ਪਹਾੜਾਂ ਵਾਸਤੇ ਇਹ ਚੀਜ਼ਾਂ ਤੇ ਕਈ ਵਾਰੀ ਕਹਿੰਦੇ ਵੀ